हां जी गाइस फिर आपा निकल चुके हैं टावर मेरी जान दे ली बार भैन च लॉकडाउन चल रहा है चले टॉबर मरी है जगरूप चाह चल पे अपने कनेडा च कहते टिम होटल वगैरह देख लो सच साडा तो नहीं सरदा टिम होटल चाह लैके जिदा तुम दसता है निकल चुके हैं रूट के उत्ते हले आप अपने घर तो सवा घंटा दूर आ गया डेढ़ घंटा अपने घर तो दूर आप हले भी दो घंटे ड्राइव बाकी हैगी है ब्रैम्पटन तो दूर है थोड़ा जहा पर लेकिन नज़ारा है पूरे रूट का तो गाइज मैं कहना हूँ चलो जाके पता लगना वैसे तो कि है जगह पर लेकिन आई थिंक थोड़ू ड्राइव का आनंद लैन लिये तो जरूर आना चाहिए कि समर्स से तो बिल्कुल आना चाहिए समर्स बंदे इंजॉय करने लिए होंगी है मतलब वह तो चलो वक्री चीज़ है पर जिदा 8-9 महीने इतने ठंड ज़्यादा होंगी है तो सारी चीज़ा फ्रोजन जी रह जा ब्यूटी वो चलो वक्री ब्यूटी हैगी आप जमे में मैदान देख लें होंगे लेक्स जम जाती है लोग आइस स्केटिंग जी करते हैं पर लेकिन समर इतने ना वो स्पैशल है 3-4 महीने लिए समर होंगी है हूँ करोना वायरस हो गया जिस वजह तो लॉकडाउन हो गया पर चलो गवर्नमेंट ने रिलैक्सेशन दे दी है जिस वजह तो आप रूट पर आ गए तो हम देखो मोटरसाइकिल झोटा वड्डना ते दारू पीनी शाम नूं झोटा वड्डणगे फिर पीणगे बस बस आही कमी सी जा रही सी रस्ते च सानू पै गया सोबल बीच यू कैन सी द व्यू अगली ट्रिप आप बनाइए जमैका दी पार्टी सीन
ਉੱਥੇ ਮੇਰਾ ਇੱਕ ਦੋਸਤ ਅਲੱਗ ਹੈ ਉਹ ਤਿਆਰ ਹੈ ਜਮਾਇਕਾ ਲਈ ਹਾਂ ਤਾਂ ਫਿਰ ਜਾ ਕੇ ਕਹੇ ਕਾਲੀਆਂ ਕਾਲਿਆਂ ਨੂੰ ਮਿਲਣ ਜਾਣਾ ਕਾਲਿਆਂ ਨੂੰ ਲੈ ਕੇ ਆਣੇ ਆ ਵਾਪਸ ਫਿਰ ਆਪਾਂ ਉਹਨੂੰ ਹੈ ਕਿੰਨੇ ਲੈ ਕੇ ਆਈਏ ਮੈਂ ਕਹਿੰਦਾ 5-7 ਲੈ ਆਨੇ ਆ ਫਿਰ ਯਾਰ ਗਾਣੇ ਗੁਣੇ ਚ ਦੇ ਦਿਆ ਕਰਾਂਗੇ ਕਾਲੇ ਲੈ ਕੇ ਆ ਗਏ ਬ్రో ਅੱਛਾ ਫਿਰ ਇੱਦੇ ਉਹਦੇ ਬਾਈਕਰ ਗੈਂਗਸ ਹੁੰਦੇ ਆ सामने ਤੁਹਾਨੂੰ ਸਾਡੀ ਡਰਾਈਵ 'ਚ ਜੋ ਅਸੀਂ ਤੁਹਾਨੂੰ ਰਸਤੇ ਦਿਖਾਏ ਆ ਉਹਦੇ ਵਿੱਚ ਤੁਹਾਨੂੰ ਆਨੰਦ ਆਇਆ ਹੋਵੇ ਦੱਸੋ ਬਾਈ ਫਿਰ ਕਿੱਧਰ ਨੂੰ ਮੋੜੀਏ ਹਾਂ ਵੀ ਜਗਰੂ ਇੰਦਰ ਕਰ ਰਹੇ ਹੋ ਫੋਟੋਗ੍ਰਾਫੀ ਬਿਲਕੁਲ ਹੋਰ ਕਰਨਾ ਕੀ ਹੈ ਬੱਚਾ ਨਹੀਂ ਜ਼ਿੰਦਗੀ 'ਚ ਕੁਝ ਇਹ ਤਾਂ ਇੱਕ ਚੀਜ਼ ਹੈ ਹੋਰ ਜੋ ਲਾਸਟ ਰਹਿ ਚੁੱਕੀ ਹੈ ਜੋ ਗਵਰਨਮੈਂਟ ਨੇ ਮਨਾ ਨਹੀਂ ਕੀਤੀ ਕਰਨ ਦੀ ਗੱਲ ਪਤਾ ਲੱਗਿਆ ਕਹਿੰਦੇ ਫੋਟੋ ਅਜੇ ਵੀ ਕਰੋਨਾ ਆਉਣ ਲੱਗ ਗਿਆ ਓਹੋ ਨੀਰਾ ਜ਼ਹਿਰ ਹੋ ਜਾਣਾ ਉਹ ਤਾਂ ਹਾਂਜੀ ਜਗਰੂਪਾ ਜੀ ਇੰਜੋਇੰਗ ਦ ਵਿਊ ਕਰ ਰਿਹਾ ਹਾਂ ਬਹੁਤ ਜ਼ਿਆਦਾ ਕਰੋਨਾ ਚ ਕਰ ਰਿਹਾ ਮੈਂ ਇੰਜੋਏ ਤੁਹਾਡੇ ਕਿਉਂ ਵਿਊਜ਼ ਨੇ ਇੰਦਰ ਬਸ ਪੁੱਛੋ ਨਾ ਪੁੱਛਣਾ ਤੇ ਪੈਣਾ ਨਾ ਫਿਰ ਜਨਤਾ ਨੂੰ ਕੀ ਜਵਾਬ ਦਾਂਗੇ ਬਸ ਆਪੇ ਹੀ ਸਮਝ ਗਈ ਹੈ ਜਨਤਾ ਸਮਝ ਚੁੱਕੀ ਹੈ ਉਹ ਤੁਹਾਡੇ ਵਾਂਗੂ ਬੇਵਕੂਫ ਨਹੀਂ ਸਾਲਿਆ जंगल हो सकता है भालू आ जाए कुछ आ जाए भूत भी पर रीटा साडे कोल हैगी ਜਗਰੂਪ ਰਿੰਦਰ ਬਾਈ ਦੱਸੋ ਡਰ ਲੱਗ ਰਿਹਾ ਬਾਈ ਗਾਂਡ ਫੱਟੀ ਵਿਚਾਲੇ ਪਾਣੀ ਪਈ ਹੈ ਫੱਟੀ ਹੋਈ ਹੈ ਉਹ ਦੇਖ ਸਾਹਮਣੇ ਬਾਈ ਇੱਥੇ ਸਾਹਮਣੇ ਤੋਂ ਕਾਰ ਨਹੀਂ ਆ ਸਕਦੀ ਤਾਂ ਕੀ ਹੋਊਗਾ ਪਤਾ ਨਹੀਂ ਬਾਈ ਮੈਨੂੰ ਲੱਗਦਾ ਅੱਗੇ ਬਲੌਗ ਬਲੌਗ ਨਾ ਕੀਤਾ ਇਹਨਾਂ ਨੇ ਰਸਤਾ ਕਿ ਅੱਗੇ ਜਾ ਬਾਈ ਕਾਫੀ ਦੇਰ ਇੱਦਾਂ ਹੈ ਓਹੋ ਤੁਸੀਂ ਦੇਖੋ ਵਾਓ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਇਹ ਰੋਡ ਪਾਰ ਕਰਨ ਤੋਂ ਬਾਅਦ ਅਗਰ ਮੈਂ ਔਰ ਇਹ ਇੰਦਰ ਭਾਜੀ ਔਰ ਇਹ ਪਿੱਛੇ ਜੋ ਸਾਡੇ ਜਗਰੂਪ ਭਾਜੀ ਬੈਠੇ ਅਗਰ ਅਸੀਂ ਅਗਰ ਇਹ ਵੀਡੀਓ ਹੈ ਹੀ ਨਹੀਂ ਤਾਂ ਮਤਲਬ ਅਸੀਂ ਕਦੀ ਪਹੁੰਚੇ ਨਹੀਂ ਮਤਲਬ ਹੈਗੀ ਆ ਤਾਂ ਪਹੁੰਚ ਗਏ ਤੁਹਾਨੂੰ ਅਗਰ ਜਿੰਦਾ ਰਹੇ ਤਾਂ ਜ਼ਰੂਰ ਇਹ ਵੀਡੀਓ ਦਿਖਾਵਾਂਗੇ ਧੰਨਵਾਦ ਸੀ ਯੂ ਗਾਇਸ ਤੇ ਫਿਰ ਗਾਇਸ ਆਪਾਂ ਬ੍ਰੈਂਪਟਨ ਆ ਚੁੱਕੇ ਆ ਮਤਲਬ ਆਪਾਂ ਜਿੰਦਾ ਬਚ ਚੁੱਕੇ ਆ ਬਚ ਗਏ ਟਿਕਟ ਵੀ ਨਹੀਂ ਮਿਲੀ ਬਾਈ ਬਚ ਹਾਂਜੀ 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 ਬਹੁਤ ਜ਼ਿਆਦਾ ਰਿਸਕ ਵਾਲੀ ਰੋਡ ਸੀਗੀ ਉਹ ਸਾਨੂੰ ਪੂਰੇ ਰੋਡ 'ਚ ਸਿਰਫ ਇੱਕ ਇਨਸਾਨ ਦਿਖਿਆ ਔਰ ਉਹ ਵੀ ਕੋਈ ਬੀਬੀ ਸੀਗੀ ਜੋ ਕਿ ਨਾ ਹੱਥ ਜਿਹਾ ਉੱਪਰ ਕਰੀ ਜਾ ਰਹੀ ਰੁਕ ਜਾਓ ਰੁਕ ਜਾਓ ਰੁਕ ਜਾਓ ਅਸੀਂ ਕਿਹਾ ਨਹੀਂ ਅਸੀਂ ਬਚਣਾ
ਅਸੀਂ ਚੁੱਪ ਚਾਪ ਉੱਥੋਂ ਗੱਡੀ ਤੋਰੀ ਹੋਰ ਨਿਕਲਦੇ ਬਣੇ ਤੇ ਕਿਉਂਕਿ ਯਾਰ ਤੁਹਾਨੂੰ ਕੋਈ ਵੀ ਹਿਚਹਾਈਕਰ ਦਿਖੇ ਤੇ ਤੁਹਾਨੂੰ ਕੈਨੇਡਾ ਦੇ ਅੰਦਰ ਕਦੀ ਗੱਡੀ ਰੋਕਣੀ ਨਹੀਂ ਚਾਹੀਦੀ ਬਹੁਤ ਅਨਸੇਫ ਹੈ ਕਿਉਂਕਿ ਤੁਹਾਨੂੰ ਮਾਰ ਸਕਦੇ ਆ ਲੁੱਟ ਸਕਦੇ ਆ ਤੇ ਤੁਹਾਨੂੰ ਪਤਾ ਹੀ ਹੈ ਆਪਣੇ ਪੱਲੇ ਇੱਥੇ ਕੱਖ ਹੈ ਨਹੀਂ ਤੇ ਆਪਾਂ ਨੂੰ ਬਿਲਕੁਲ ਰਿਸਕ ਲੈਣਾ ਨਹੀਂ ਚਾਹੀਦਾ ਬਾਕੀ ਜਗਰੂਪ ਸਿੰਘ ਜੀ ਦੱਸਣਗੇ ਹੁਣ ਕੀ ਹੱਲ ਆ ਫਿਰ ਹੁਣ ਅਸੀਂ ਕੀ ਕਰਨਾ ਦੱਸੋ ਜਗਰੂਪ ਭਾਜੀ ਫੀਫਾ ਫੀਫਾ ਹੀ ਹੱਲ ਹੈ ਘਰੇ ਜਾ ਕੇ ਪੀਜ਼ਾ ਖਾਓ जिन्ने भी लोग ब्रैम्पटन आंदे सब क्योंकि जिन्ने भी लोग ब्रैम्पटन रहिंदे इन्हां दा पिज़्ज़ा जरूर खांदे आ ते राती 3 बजे तक खुले हुंदे आ ते बस तुसीं समझ जाओ इशारा बहुत है ते तुहानू हुण मिलदे आ अगले व्लॉग च ते अज दे व्लॉग दी समाप्ति आई होप यू गाइज लाइक इट अगर तुहानू पसंद आया ते प्लीज लाइक करो ते सबसक्राइब माई चैनल नॉर्दन देसी